ਨੋਵਲ ਭੂਤਾਂ ਵਾਲੀ ਹਵੇਲੀ ਦਾ 6ਵਾਂ ਅੰਗ ਸਵੇਰੇ ਜਦੋਂ ਸਾਗਰ ਉੱਠਿਆ ਤਾਂ ਪ੍ਰੇਮ ਤਿਆਰ ਹੋ ਚੁੱਕਾ ਸੀ ਭਾਵੇਂ ਸਾਗਰ ਨੂੰ ਰਾਤ ਨੂੰ ਨੀਂਦ ਆਉਣ ਦੀ ਆਸ ਨਹੀਂ ਸੀ ਪਰ ਨੀਂਦ ਸੱਚਮੁੱਚ ਉਹਨੂੰ ਬਹੁਤ ਗੁੜੀ ਆਈ ਸ਼ਹਿਦ ਇਸ ਕਰਕੇ ਕਿ ਪ੍ਰੇਮ ਰਾਤ ਜਾਣ ਲੱਗਿਆ ਕਹਿ ਗਿਆ ਸੀ ਕਿ ਮੈਂ ਭੂਤਾਂ ਨੂੰ ਕਹਿ ਜਾਵਾਂਗਾ ਵੀ ਉਹ ਰਾਤ ਨੂੰ ਕੁਝ ਨਾ ਕਹਿਣ ਸਾਗਰ ਨੂੰ ਇਹ ਤਾਂ ਯਕੀਨ ਸੀ ਕਿ ਇਸ ਹਵੇਲੀ 'ਚ ਭੂਤ ਹਨ ਤਉ ਜ਼ਰੂਰ ਪ੍ਰੇਮ ਦੇ ਕਹੇ ਤੇ ਚੱਲਦੇ ਹੋਣਗੇ ਨਹੀਂ ਤਾਂ ਉਹ ਇਕੱਲਾ ਕਿਵੇਂ ਰਹਿ ਸਕਦਾ ਐ ਇਸ ਉਜਾੜ ਤੇ ਸੁੰਨਸਾਨ ਕੁੱਟੀ ਚ ਉਹਨੂੰ ਨੀਂਦ ਆਉਣ ਦਾ ਇੱਕ ਹੋਰ ਵੱਡਾ ਕਾਰਨ ਨਹੀਂ ਸੀ ਕਿਉਂ ਨਹੀਂ ਅੱਜ ਇੱਕ ਹਫ਼ਤੇ ਪਿੱਛੋਂ ਮੰਜੇ ਤੇ ਸੌਂ ਕੇ ਦੇਖਿਆ ਸੀ 사ਗਰ ਉੱਠ ਕੇ ਬਾਲਟੀ ਚ ਪਾਣੀ ਲੈ ਕੇ ਜੋ ਪ੍ਰੇਮ ਨੇ ਭਰ ਕੇ ਰੱਖੀ ਸੀ ਹੱਥ ਮੂੰਹ ਧੋਣ ਲੱਗਾ 사ਗਰ ਆ ਤੇਰੀ ਰੋਟੀ ਮੰਜੇ ਤੇ ਪਈ ਐ ਖਾ ਲਵੀ ਇਹ ਮੈਂ ਚਿੱਠੀ ਲਿਖ ਦਿੱਤੀ ਐ ਇਹ ਲੈ ਕੇ ਸੁਖਦੇਵ ਮਸ਼ੀਨ ਟੂਲਸ ਪ੍ਰਾਈਵੇਟ ਲਿਮਿਟਿਡ ਕਾਰਖਾਨੇ ਪੁੱਜ ਕੇ ਦਫ਼ਤਰ ਚ ਕਿਸੇ ਨੂੰ ਦੇ ਦੇਈਂ ਉਤੇਰੇ ਕੰਮ ਦਾ ਪ੍ਰਬੰਧ ਕਰ ਦੇਣਗੇ ਸੁਣਿਆ ਹਾਂਜੀ ਪਰ ਸਵੇਰੇ ਸਵੇਰੇ ਰੋਟੀ ਕਿੱਥੋਂ ਆਗੀ ਤੁਸੀਂ ਆਪ ਪਕਾਗੇ ਨਹੀਂ ਭੂਤ ਪਕਾ ਕੇ ਦੇ ਗਏ ਸੀ ਪ੍ਰੇਮ ਬੁੱਲਾ ਚ ਹੱਸ ਪਿਆ ਜਿਹਨੂੰ ਸਾਗਰ ਨੇ ਦੇਖ ਲਿਆ ਪ੍ਰੇਮ ਕਾਲੀ ਕਾਲੀ ਪੈਦਲ ਚੱਲਾ ਗਿਆ ਜਾਂਦਾ ਜਾਂਦਾ ਫਿਰ ਰੁਕੇ ਸਾਗਰ ਨੂੰ ਕਹਿਣ ਲੱਗਾ ਸ਼ਾਮ ਨੂੰ ਫੈਕਟਰੀ ਚੋਂ ਕੰਮ ਖਤਮ ਕਰਕੇ ਜ਼ਰੂਰ ਇੱਥੇ ਨੂੰ ਆਉਣਾ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਪ੍ਰੇਮ ਨੂੰ ਜਾਂਦੇ ਨੂੰ ਸਾਗਰ ਕਿੰਨਾ ਚਿਰ ਪਿੱਛੇੋਂ ਦੇਖਦਾ ਰਿਹਾ ਉਹਨੂੰ ਪ੍ਰੇਮ ਦੀ ਨਿਡਰਤਾ ਤੇ ਈਰਖਾ ਜੀ ਆਉਣ ਲੱਗੀ ਉਹਨੂੰ ਜੱਪਿਆ ਸੱਚਮੁੱਚ ਪ੍ਰੇਮ ਭੂਤਾਂ ਨੂੰ ਨਹੀਂ ਮੰਨਦਾ ਇਸ ਲਈ ਤਾਂ ਭੂਤਾਂ ਦੇ ਨਾਂ ਤੇ ਮੁਖੌਲ ਕਰਦਾ ਹੈ ਹਰ ਵਾਰ ਭੂਤਾਂ ਦਾ ਨਾਂ ਲੈ ਕੇ ਹੱਸ ਪੈਂਦਾ ਜਦੋਂ ਪ੍ਰੇਮ ਉਹਦੀਆਂ ਅੱਖਾਂ ਤੋਂ ਔਲੇ ਹੋ ਗਿਆ ਤਾਂ ਸਾਗਰ ਅੰਦਰ ਆ ਗਿਆ ਤੇ ਮੇਜ਼ ਤੇ ਬੈਠ ਕੇ ਰੋਟੀ ਦਾ ਡੱਬਾ ਖੋਲਣ ਲੱਗਾ ਉਹਨੇ ਦੇਖਿਆ ਰਾਤ ਦੀ ਰੋਟੀ ਨਾਲੋਂ ਹੁਣ ਦੀ ਰੋਟੀ 'ਚ ਬਿਲਕੁਲ ਫਰਕ ਸੀ ਜਿੱਥੇ ਰਾਤ ਦੀ ਰੋਟੀ ਹੋਟਲ ਦੀ ਪੱਕੀ ਸੀ ਉਥੇ ਸਵੇਰ ਦੀ ਘਰ ਦੀ ਪੱਕੀ ਹੋਈ ਦੇਸੀ ਘਿਓ 'ਚ ਬਣੀ ਹੋਈ ਸਬਜ਼ੀ ਬਹੁਤ ਸੁਆਦ ਜੋ ਸਾਗਰ ਨੇ ਸੱਚਮੁੱਚ ਬੜੀ ਸੁਆਦ ਨਾਲ ਖਾਦੀ ਪਾਂਡੇ ਧੋ ਬਣਾ ਕੇ ਰੱਖ ਦਿੱਤੇ ਕੱਪੜੇ ਪਾ ਕੇ ਕਾਰਖਾਨੇ ਵੱਲ ਤੁਰ ਪਿਆ ਚਿੱਠੀ ਸਾਗਰ ਨੇ ਸਵਾਰ ਕੇ ਜੇਬ ਚ ਰੱਖ ਲਈ ਤੇ ਫੈਕਟਰੀ ਦਾ ਨਾਂ ਚੰਗੀ ਤਰ੍ਹਾਂ ਯਾਦ ਕਰ ਲਿਆ ਪੁੱਛ ਪੁੱਛਾ ਕੇ ਸਾਗਰ ਫੈਕਟਰੀ ਪੁੱਜ ਗਿਆ ਭਾਵੇਂ ਪਹਿਲਾਂ ਵੀ ਕਈ ਵਾਰ ਉਹ ਇਸ ਫੈਕਟਰੀ ਆਇਆ ਸੀ ਪਰ ਚੌਕੀਦਾਰ ਨੇ ਕਦੇ ਉਹਨੂੰ ਗੇਟ ਦੇ ਲਾਗੇ ਨਹੀਂ ਸੀ ਜਾਣ ਦਿੱਤਾ ਫੈਕਟਰੀ ਕਾਫੀ ਵੱਡੀ ਸੀ ਪਹਿਲਾ ਹਫਤਾ ਤਾਂ ਸਾਗਰ ਨੇ ਕਦੇ ਕਿਸੇ ਫੈਕਟਰੀ ਦਾ ਨਾਂ ਪੜਨ ਦੀ ਲੋੜ ਨਹੀਂ ਸੀ ਸਮਝੀ ਜਿਹੜੀ ਫੈਕਟਰੀ ਜਾਂ کارਖਾਨਾ ਉਹਦੇ ਸਾਹਮਣੇ ਆ ਜਾਂਦਾ ਔਰ ਨੌਕਰੀ ਬਾਰੇ ਪੁੱਛ ਛੜਦਾ ਹਮੇਸ਼ਾ ਇੱਕੋ ਹੀ ਘੜਿਆ ਘੜਾਇਆ ਜਵਾਬ ਚੌਕੀਦਾਰ ਦਿੰਦੇ ਅੱਜ ਵੀ ਜਦੋਂ ਚੌਕੀਦਾਰ ਨੇ ਉਹਨੂੰ ਆਉਂਦਿਆਂ ਤੱਕਿਆ ਤਾਂ ਦੂਰੋਂ ਹੱਥ ਦੇ ਇਸ਼ਾਰੇ ਨਾਲ ਕਹਿਣ ਲੱਗਾ ਕੋਈ ਤੂੰ ਫੇਰ ਆ ਟਪਕੇ ਤੈਨੂੰ ਅੱਗੇ 20 ਵਾਰ ਕਿਹਾ ਵੀ ਕੋਈ ਨੌਕਰੀ ਨਹੀਂ ਜਿਵੇਂ ਚਿੱਠੀ ਲੈ ਕੇ ਆਇਆ ਕਿਹਦੀ ਚਿੱਠੀ ਲੈ ਕੇ ਆਇਆ ਇੱਥੇ ਕਿਸੇ ਦੀ ਚਿੱਠੀ ਦੀ ਸਿਫਾਰਿਸ਼ ਨਹੀਂ ਚੱਲਦੀ ਜਾ ਦੌੜ ਜਾ ਇੱਥੋਂ ਜੀ ਤੁਸੀਂ ਦੇਖ ਤਾਂ ਲਓ ਇਹ ਪ੍ਰੇਮ ਸਿੰਘ ਨੇ ਭੇਜੀ ਹੈ ਚਿੱਠੀ ਜੇਬ ਚੋਂ ਕੱਢਦਾ ਹੋਇਆ ਬੋਲੇ ਪ੍ਰੇਮ ਸਿੰਘ ਦਾ ਨਾਮ ਸੁਣਦਿਆਂ ਜਿਵੇਂ ਚੌਕੀਦਾਰ ਦੇ ਹੱਥ ਪੈ ਢਿੱਲੇ ਪੈ ਗਏ। ਆਵਾਜ਼ ਜਿਹੜੀ ਪਹਿਲਾਂ ਇੰਨੀ ਕੁਰਖਤ ਸੀ ਇਕਦਮ ਨਰਮ ਪੈ ਗਈ। ਤੇ ਬਿਨਾ ਚਿੱਠੀ ਫੜਿਆਂ ਕਹਿਣ ਲੱਗਾ, "ਠੀਕ ਐ, ਚਿੱਠੀ ਦਿਖਾਉਣ ਦੀ ਕੀ ਲੋੜ ਐ? ਅੰਦਰ ਲੰਘ ਜਾ। ਉਹ ਸਿੱਧਾ ਖੱਬੇ ਪਾਸੇ ਦਫ਼ਤਰ ਐ।" ਚੌਕੀਦਾਰ ਗੇਟ ਅੱਗੇ ਹੋ ਪਿੱਛੇ ਨੂੰ ਹੋ ਗਿਆ ਤੇ ਸਾਗਰ ਹੌਲੀ-ਹੌਲੀ ਜੱਕਦਾ-ਜੱਕਦਾ ਫੈਕਟਰੀ ਦਾ ਗੇਟ ਲੰਘ ਗਿਆ। ਉਹ ਅੱਜ ਪਹਿਲੀ ਵਾਰੀ ਕਿਸੇ ਫੈਕਟਰੀ ਦੇ ਅੰਦਰ ਵੜਿਆ ਸੀ। ਉਹਨੂੰ ਯਕੀਨ ਨਹੀਂ ਸੀ ਆ ਰਿਹਾ ਵੀ ਸੱਚਮੁੱਚ ਹੀ ਅੰਦਰ ਲੰਘ ਆ ਗਿਆ ਹੋਏਗਾ। ਦਫਤਰ ਚ ਕਈ ਆਦਮੀ ਬੈਠੇ ਸੀ ਸਾਗਰ ਹਾਲੇ ਸੋਚ ਹੀ ਰਿਹਾ ਸੀ ਚਿੱਠੀ ਕਿਹਨੂੰ ਦੇਵੇ ਦਰਵਾਜ਼ੇ ਤੇ ਲਾਗੇ ਬੈਠੇ ਬਾਬੂ ਨੂੰ ਦੇਖ ਕੇ ਕਹਿਆ ਕਿਉਂ ਕਿਨੂੰ ਮਿਲਣਾ ਕਾਕਾ ਜੀ ਆਹ ਚਿੱਠੀ ਚਿੱਠੀ ਕੱਢ ਕੇ ਬਾਬੂ ਨੂੰ ਫੜਾ ਤੇ ਜਦੋਂ ਬਾਬੂ ਨੇ ਚਿੱਠੀ ਦੇਖੀ ਚਪੜਾਸੀ ਨੂੰ ਆਜ ਮਾਰੀ ਸ਼ਾਮ ਆਲਾ ਇਹਨੂੰ ਮਿਸਟਰ ਚੋਪੜਾ ਦੇ ਕੋਲ ਲੈ ਜਾ ਚਪੜਾਸੀ ਨੇ ਆ ਕੇ ਚਿੱਠੀ ਬਾਬੂ ਕੋਲੋਂ ਲੈ ਲਈ ਸਾਗਰ ਨੂੰ ਨਾਲ ਲੈ ਕੇ ਨਾਲ ਦੇ ਕਮਰੇ ਚ ਚਲਾ ਗਿਆ ਮਿਸਟਰ ਚੋਪੜਾ ਨੇ ਚਿੱਠੀ ਪੜ੍ਹੀ ਫੋਰਮੈਨ ਨੂੰ ਬੁਲਾਇਆ 2 ਮਿੰਟਾਂ ਬਾਅਦ ਫੋਰਮੈਨ ਆ ਗਿਆ ਗਣਪਤ ਇਹਨੂੰ ਕਿਸੇ ਕੰਮ ਤੇ ਲਾ ਲੈ ਜਾਕੇ ਪਰ ਚੋਪੜਾ ਜੀ ਮੇਰੇ ਕੋਲ ਸਾਰੇ ਆਦਮੀ ਪੂਰੇ ਇਹ ਮਾਲਕਾਂ ਦਾ ਭੇਜਿਆ ਹੋਇਆ ਹੈ ਉਹਨਾਂ ਨੇ ਕਿਹਾ ਵੀ ਕਿਸੇ ਵੀ ਕੰਮ ਤੇ ਇਹਨੂੰ ਰੱਖ ਲਿਆ ਜਾਏ ਕੋਈ ਛੋਟਾ ਮੋਟਾ ਕੰਮ ਇਹਨੂੰ ਦੇ ਦੇ ਫੋਰਮੈਨ ਬਿਨਾ ਕੁਝ ਕਹੇ ਸਾਗਰ ਨੂੰ ਲੈ ਕੇ ਫੈਕਟਰੀ ਦੀ ਬਿਲਡਿੰਗ 'ਚ ਚਲਾ ਗਿਆ ਤੇ ਉਸ ਦਿਨ ਤੋਂ ਹੀ ਸਾਗਰ ਫੈਕਟਰੀ ਦੇਆਂ ਕੰਮਿਆਂ 'ਚ ਇੱਕ ਕਾਮਾ ਕਹਾਉਣ ਲੱਗਾ ਸ਼ਾਮ ਨੂੰ ਜਦੋਂ ਛੁੱਟੀ ਹੋਣ ਤੇ ਸਾਗਰ ਹਵੇਲੀ ਆਇਆ ਤਾਂ ਪ੍ਰੇਮ ਨਾ ਰਿਹਾ ਸੀ ਹੁਣ ਉਹਦੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ ਆਖਰ ਉਸ ਜਿਸ ਮੰਤਵ ਨਾਲ ਸ਼ਹਿਰ ਆਇਆ ਸੀ ਉਹ ਕਿਸੇ ਹੱਦ ਤੱਕ ਪੂਰਾ ਹੋ ਹੀ ਗਿਆ ਸੀ ਬਾਕੀ ਰਹਿਣ ਦਾ ਪ੍ਰਬੰਧ ਉਹ ਵੀ ਹੌਲੀ-ਹੌਲੀ ਹੋ ਜਾਏਗਾ ਸਾਗਰ ਹਵੇਲੀ ਦੇ ਅੰਦਰ ਗਿਆ ਤੇ ਪ੍ਰੇਮ ਦੇ ਨਹਾ ਕੇ ਖਟਣ ਦੀ ਉਡੀਕ ਕਰਨ ਲਈ ਕੁਰਸੀ ਤੇ ਬੈਠ ਗਿਆ ਸਵੇਰ ਵਾਂਗ ਰੋਟੀ ਦਾ ਡੱਬਾ ਫੇਰ ਉਸੇ ਤਰ੍ਹਾਂ ਮੇਜ਼ ਤੇ ਪਿਆ ਸੀ ਫਰਕ ਸਿਰਫ ਇੰਨਾ ਸੀ ਵੀ ਡੱਬਾ ਅੱਗੇ ਨਾਲੋਂ ਕਾਫੀ ਵੱਡਾ ਤੇ ਨਵਾਂ ਸੀ ਡੱਬੇ ਵੱਲ ਦੇਖ ਕੇ ਸਾਗਰ ਦੀ ਭੁੱਖ ਵੀ ਚਮਕ ਪਈ। ਇਹਨੇ ਨੂੰ ਪ੍ਰੇਮ ਵੀ ਅੰਦਰ ਆ ਗਿਆ ਤੌਲੀਏ ਨਾਲ ਆਪਣਾ ਸਰੀਰ ਪੂੰਝਦਾ ਕਹਿਣ ਲੱਗਾ ਸਾਗਰ। ਨਾ ਲੈ ਜੇ ਨਹਾਉਣਾ ਜਲਦੀ ਕਰ ਰੋਟੀ ਠੰਡੀ ਹੁੰਦੀ ਪਈ ਐ। ਜੀ ਮੈਂ ਤਾਂ ਫੈਕਟਰੀ ਚੋਂ ਨਹਾ ਕੇ ਆਇਆ ਬਹੁਤ ਹੀ ਸੋਹਣਾ ਪ੍ਰਬੰਧ ਹੈ ਨਹਾਉਣ ਦਾ ਫੈਕਟਰੀ ਚ। ਤਾਂ ਫਿਰ ਠੀਕ ਐ। ਆਹ ਫਿਰ ਰੋਟੀ ਖਾਈਏ। ਪ੍ਰੇਮ ਨੇ ਡੱਬਾ ਖੋਲਿਆ ਦੋਹਾਂ ਲਈ ਰੋਟੀ ਪਾ ਲਈ। ਮੈਂ ਤਾਂ ਸਵੇਰ ਦਾ ਵੀ ਭੁੱਖਾ ਆਪਣੀ ਰੋਟੀ ਤੇਰੇ ਲਈ ਛੱਡ ਗਿਆ ਸੀ ਤੇ ਹੁਣ ਸੁੱਕ ਨਾਲ ਉਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਰੋਟੀ ਖਾਣ ਵਾਲੇ ਦੋ ਹਾਂ। ਕਿਹਨਾਂ ਨੂੰ ਪਤਾ ਲੱਗਿਆ? ਪੂਤਾਂ ਨੂੰ ਹੋਰ ਕਿਨਾਂ ਨੂੰ ਤੇ ਪ੍ਰੇਮ ਹੱਸ ਪਿਆ ਤੁਸੀਂ ਮੈਨੂੰ ਮੁਖਾਲ ਕਰਦੇ ਹੋ ਸਰਦਾਰ ਜੀ ਸਾਗਰ ਦੇ ਪ੍ਰੇਮ ਦੋਵੇਂ ਰੋਟੀ ਖਾਣ ਲੱਗ ਪਏ ਤੇ ਹੋਰ ਕੀ ਕਰਾਂ ਮੈਨੂੰ ਤੇਰੇ ਭੋਲੇਪਨ ਤੇ ਹਾਸਾ ਆਉਂਦਾ ਚੰਗਾ ਇਹ ਦੱਸ ਫੈਕਟਰੀ 'ਚ ਕੰਮ ਕਿਉਂ ਜਾਰਿਆ ਬਹੁਤ ਚੰਗਾ ਕੰਮ ਤਾਂ ਉੱਥੇ ਕੋਈ ਹੈ ਹੀ ਨਹੀਂ ਸੀ ਬਸ ਇਧਰੋਂ ਕੋਈ ਚੀਜ਼ ਚੁੱਕੇ ਉੱਧਰ ਲੈ ਗਿਆ ਉੱਧਰੋਂ ਕੋਈ ਚੀਜ਼ ਚੁੱਕੇ ਇਧਰ ਲੈ ਆਂਦੀ ਅਸਲ 'ਚ ਸਰਦਾਰ ਜੀ ਕੰਮ ਤਾਂ ਉੱਥੇ ਕੋਈ ਹੈ ਹੀ ਨਹੀਂ ਸੀ ਤੁਸੀਂ ਮੱਲੂਮਲੀ ਮੈਨੂੰ ਉੱਥੇ ਲੁਵਾਤਾ ਮੈਨੂੰ ਸਮਝ ਨਹੀਂ ਆਉਂਦੀ ਤੁਹਾਡਾ ਕਿਵੇਂ ਧੰਨਵਾਦ ਕਰਾਂ ਸੱਚਮੁੱਚ ਤੁਸੀਂ ਮੈਨੂੰ ਬਚਾ ਲਿਆ ਨਹੀਂ ਤਾਂ ਪਤਾ ਨਹੀਂ ਮੈਂ ਕੀ ਕਰ ਬੈਠਦਾ ਸਾਗਰ ਦੀਆਂ ਅੱਖਾਂ ਭਾਰੀਆਂ ਸੀ ਫੇਰ ਉਹੀ ਗੱਲ ਕੁੜੀਆਂ ਵਾਂਗ ਤੂੰ ਤੇ ਅੱਖਾਂ ਭਰ ਲੈਣਾ ਮੈਂ ਤੇਰੇ ਤੇ ਕੋਈ ਆਸਾਨ ਨਹੀਂ ਕੀਤਾ ਜੇ ਬੰਦਾ ਬੰਦੇ ਦੇ ਕੰਮ ਨਹੀਂ ਆਏਗਾ ਤਾਂ ਹੋਰ ਕੌਣ ਆਏਗਾ ਤੂੰ ਵੀ ਉਸ ਦਿਨ ਮੇਰੀ ਮਦਦ ਕੀਤੀ ਸੀ ਐਨੀ ਧੁੱਪ ਵਿੱਚ ਮੋਟਰਸਾਈਕਲ ਲੈ ਆਇਆ ਸੀ ਅੱਛਾ ਇਹ ਦੱਸ ਅੱਜ ਤਾਂ ਤੈਨੂੰ ਇਸ ਹਵੇਲੀ ਚ ਡਰ ਨਹੀਂ ਆਉਂਦਾ ਜੀ ਆਉਂਦਾ ਸਾਗਰ ਨੇ ਝੂਠ ਬੋਲਣਾ ਠੀਕ ਨਾ ਸਮਝਿਆ ਸਾਫ਼-ਸਾਫ਼ ਕਹਿੰਦਾ ਕੋਈ ਗੱਲ ਨਹੀਂ ਹੌਲੀ-ਹੌਲੀ ਹਟ ਜਾਏਗਾ ਸਰਦਾਰ ਜੀ ਤੁਸੀਂ ਮੈਨੂੰ ਸਵੇਰੇ ਕਿਹਾ ਸੀ ਤੁਸੀਂ ਮੇਰੇ ਨਾਲ ਜ਼ਰੂਰੀ ਗੱਲ ਕਰਨੀ ਕੀ ਗੱਲ ਹੈ ਹਾਂ ਸੱਚ ਪਹਿਲੀ ਗੱਲ ਤਾਂ ਇਹ ਵੀ ਕਿ ਤੂੰ ਮੈਨੂੰ ਸਰਦਾਰ ਜੀ ਸਰਦਾਰ ਜੀ ਨਾ ਕਿਹਾ ਕਰ ਮੈਂ ਤੈਨੂੰ ਕੋਈ ਸਰਦਾਰ ਜੀ ਲੱਗਦਾ ਤੂੰ ਮੇਰੇ ਛੋਟੇ ਭਰਾ ਵਰਗਾ ਹੈਂ ਤੂੰ ਮੇਰਾ ਨਾਂ ਲੈ ਕੇ ਸਾਧ ਸਕਦਾ ਇਹ ਕਿਵੇਂ ਹੋ ਸਕਦਾ ਤੁਸੀਂ ਅੱਡੇ ਵੱਡੇ ਆਦਮੀ ਤੇ ਮੈਂ ਇੱਕ ਹਨਪੜ ਮੂਰਖ ਤੁਹਾਡਾ ਨਾਂ ਕਿਵੇਂ ਸਾਧ ਸਕਦਾ ਠੀਕ ਹੈ ਫਿਰ ਭਾਜੀ ਕਹਦੇ ਆ ਕਰ ਆਖਰ ਮੈਂ ਤੇਰੇ ਵੱਡੇ ਭਰਾ ਵਰਗਾ ਹੀ ਤਾਂ ਹਾਂ ਕੀ ਤੂੰ ਆਪਣੇ ਵੱਡੇ ਭਰਾ ਨੂੰ ਭਾਜੀ ਨਹੀਂ ਸੱਦੇਗਾ ਸਾਗਰ ਉੱਤਰਹੀਣ ਹੋ ਗਿਆ ਉਹਨੂੰ ਸਮਝ ਨਹੀਂ ਆਈ ਵੀ ਕੀ ਕਹੇ ਮਨੀਮਨ ਚ ਸੋਚਣ ਲੱਗਾ ਕਿੰਨਾ ਵਿਸ਼ਾਲ ਦੇਲੇ ਇਹਦਾ ਮੇਰੇ ਵਰਗੇ ਬੰਦੇ ਨੂੰ ਜਿਹਨੂੰ ਕੋਈ ਬੁਲਾਣ ਚ ਵੀ ਹਾਨੀ ਮਹਿਸੂਸ ਕਰਦਾ ਹੋਵੇ ਇਹ ਆਪਣਾ ਭਰਾ ਤੱਕ ਬਣਾਉਣ ਨੂੰ ਤਿਆਰ ਹੈ ਉਹਨੂੰ ਆਪਣਾ ਸਿਰ ਪ੍ਰੇਮ ਦੇ ਐਸਾ ਨਾ ਥਲੇ ਦੱਬਿਆ ਜਾਂਦਾ ਮਹਿਸੂਸ ਹੋਣ ਲੱਗਾ ਕਿ ਇਹ ਸੱਚਮੁੱਚ ਉਸੇ ਸਮਾਜ ਦਾ ਇੱਕ ਹੰਗ ਹੈ ਜਿਸ ਚ ਉਹ ਰਹਿ ਰਿਹਾ ਸੀ ਇਹਨੇ ਕਿਹੋ ਜਿਹੀ ਪੜ੍ਹਾਈ ਕੀਤੀ ਹੋਈ ਹੈ ਕੀ ਇਸ ਚਰਤਾ ਜਿੰਨੀ ਵੀ ਮਜਾਜ ਨਹੀਂ ਬਿਲਕੁਲ ਸਾਦੀ ਰਹਿਣੀ ਬਹਿਣੀ ਇੰਨੀ ਮਿਠਾਸਪਰੀ ਬੋਲੀ ਗੁੱਸਾ ਇਹਦੇ ਲਾਗੇ ਵੀ ਨਹੀਂ ਲੰਗਦਾ ਦੇਖਿਆ ਕੀ ਇਹ ਸਾਰਿਆਂ ਨਾਲ ਇੰਨੇ ਪਿਆਰ ਨਾਲ ਬੋਲਦਾ ਹੋਏਗਾ ਜਾਂ ਮੇਰੇ ਨਾਲ ਹੀ ਹੋਰ ਕਿਸੇ ਨਾਲ ਤਾਂ ਉਹਨੂੰ ਹਾਲੇ ਤੱਕ ਬੋਲਦਾ ਹੀ ਨਹੀਂ ਤੱਕਿਆ ਪ੍ਰੇਮ ਰੋਟੀ ਮੁਕਾ ਚੁੱਕਾ ਸਾਗਰਵਲ ਗੋ ਨਾਲ ਦੇਖਦਾ ਕਹਿਣ ਲੱਗਾ ਦੂਜੀ ਗੱਲ ਸਾਗਰ ਇਹ ਤੈਨੂੰ ਇੱਥੇ ਹੀ ਰਹਿਣਾ ਪੈਗਾ ਮੇਰੇ ਨਾਲ ਇਸ ਵਿਲੇਜ ਜੇ ਤੇਰਾ ਕੋਈ ਦੋਸਤ ਇੱਥੇ ਹੈ ਵੀ ਤਾਂ ਵੀ ਤੈਨੂੰ ਉੱਥੇ ਜਾ ਕੇ ਰਹਿਣ ਦੀ ਲੋੜ ਨਹੀਂ ਇਹ ਵੱਡੀ ਵੱਡੀ ਹਵੇਲੀ ਖਾਲੀ ਪਈ ਐ ਤੇ ਤੇਰੇ ਲਈ ਇੱਕ ਕਮਰਾ ਖੋਲਦਿਆਂਗਾ ਜੇ ਤੂੰ ਹੋਰ ਕਿਤੇ ਵੀ ਕਮਰਾ ਲਿਆ ਤਾਂ ਤੈਨੂੰ ਕਾਫੀ ਖਰਚ ਦੇਣਾ ਪਏਗਾ ਤਨਖਾਹ ਤੈਨੂੰ ਹਾਲੇ ਨਹੀਂ ਮਿਲਣੀ ਨੀ ਜਿਸ ਨਾਲ ਤੂੰ ਆਪਣਾ ਸਾਰਾ ਖਰਚ ਵੀ ਪੂਰਾ ਕਰ ਸਕ ਤੇ ਕੁਝ ਘਰ ਨੂੰ ਭੇਜ ਸਕੀ ਪਰ ਮੈਂ ਇੱਥੇ ਕਿਵੇਂ ਰਹਿ ਸਕਦਾ ਕਿਉਂ ਕਿਉਂ ਨਹੀਂ ਰਹਿ ਸਕਦਾ ਮੈਨੂੰ ਡਰ ਲੱਗਦਾ ਤੁਸੀਂ ਬੇਸ਼ੱਕ ਮੈਨੂੰ ਮਖੌਲ ਕਰੋ ਪਰ ਮੈਨੂੰ ਹਾਲੇ ਵੀ ਜਾਪਦਾ ਵੀ ਇੱਥੇ ਸੱਚਮੁੱਚ ਕੁਝ ਰਹਿੰਦਾ ਹੈ ਇਹਦੀ ਜ਼ਿੰਮੇਵਾਰੀ ਮੇਰੀ ਰਹੀ ਇੱਕ ਮਹੀਨੇ ਅੰਦਰ ਤੇਰੇ ਅੰਦਰੋਂ ভূত প্রেত না ਕੱਢ ਦਿੱਤੇ ਤਾਂ ਕਹੀਂ ਚੱਲ ਉਠ ਤੈਨੂੰ ਸਾਰੀ ਹਵੇਲੀ ਵਿਖਾ ਦਿੰਦਾ ਪ੍ਰੇਮ ਲਗਭਗ ਇੱਕ ਘੰਟਾ ਸਾਗਰ ਨੂੰ ਲੈ ਕੇ ਹਵੇਲੀ ਦੇ ਉਹਨਾਂ ਸਾਰੇ ਕਮਰਿਆਂ 'ਚ ਘੁੰਮਦਾ ਰਿਹਾ ਜਿਹੜੇ ਪ੍ਰੇਮ ਨੇ ਕਦੇ ਖੋਲੇ ਹੀ ਨਹੀਂ ਸੀ ਉਹਨਾਂ ਚਣਗਣ ਤੱਕ ਪਤੂਤਰਾ ਦੀਆਂ ਵਿੱਠਾਂ ਪਈਆਂ ਸੀ ਵਿੱਠਾਂ ਦੀ ਬੋਹ ਕਮਰਿਆਂ 'ਚ ਆ ਰਹੀ ਸੀ ਰੋਸ਼ਨਦਾਨਾਂ ਦੇ ਸ਼ੀਸ਼ੇ ਟੁੱਟੇ ਕਮਰਿਆਂ ਦੇ ਫਰਸ਼ ਤੇ ਇੱਧਰ ਉੱਧਰ ਖਿਲਰੇ ਪੀਸ ਪੈ ਸੀ ਜਿਉਂ-ਜਿਉਂ ਸਾਗਰ ਹਵੇਲੀ ਨੂੰ ਦੇਖਦਾ ਜਾਂਦਾ ਤੈਨੂੰ ਤੇ ਉਹਦੇ ਦਿਲ 'ਚ ਇੱਕ ਸਵਾਲ ਉੱਠ ਉੱਠ ਉਹਦੇ ਮੂੰਹ ਆ ਲਾਂਦਾ ਕਿਉਂ ਐਡੀ ਵੱਡੀ ਹਵੇਲੀ ਪਈ ਹੈ ਜੇ ਕੱਲਾ ਹੀ ਹੈ ਤੇ ਏਡੀ ਵੱਡੀ ਹਵੇਲੀ ਕਿਹਨੇ ਬਣਾਈ ਇਹਨੂੰ ਪੂਤਾਂ ਦੀ ਹਵੇਲੀ ਕਿਉਂ ਸੱਦਿਆ ਜਾਣ ਲੱਗਾ ਹਵੇਲੀ ਦੇ ਇੱਕ ਪਾਸੇ ਛੋਟਾ ਜਿਹਾ ਟਿਊਬਵੈਲ ਲੱਗਾ ਸੀ ਪਰ ਦੇਖਿਆ ਏ ਇਉਂ ਜਾਪਦਾ ਸੀ ਸਾਲਾਂ ਬੱਧੀ ਇਹਨੂੰ ਕਬੂਤਰਾਂ ਤੋਂ ਸਿਵਾ ਹੋਰ ਕਿਸੇ ਨੇ ਨਹੀਂ ਵਰਤੇ ਤੇ ਜਦੋਂ ਸਾਰੀ ਹਵੇਲੀ ਸਾਗਰ ਦੇਖ ਚੁੱਕਿਆ ਕਮਰੇ ਚ ਆ ਕੇ ਪ੍ਰੇਮ ਕਹਿਣ ਲੱਗਾ ਦੇਖ ਸਾਗਰ ਮੈਨੂੰ ਇਸ ਕੋਠੀ ਚ ਰਹਿੰਦੇ 7 ਸਾਲ ਹੋ ਗਏ ਐ ਇਕੱਲੇ ਨੂੰ ਤੇ ਮੈਂ ਵੀ ਕੱਲਾ ਰਹਿ ਕੇ ਤੰਗ ਆ ਗਿਆ ਜੇ ਤੂੰ ਇੱਥੇ ਰਹੇਂਗਾ ਤਾਂ ਮੈਨੂੰ ਵੀ ਇੱਕ ਸਾਥੀ ਮਿਲ ਜਾਏਗਾ ਸਾਗਰ ਨਾ ਤਾਂ ਉਹਨੂੰ ਸਾਫ਼ ਇਨਕਾਰ ਹੀ ਕਰ ਸਕਿਆ ਤੇ ਨਾ ਹੀ ਉਹਨੂੰ ਹਾਂ ਕਰ ਸਕਿਆ ਉਹਨੂੰ ਇਹ ਵੀ ਪਤਾ ਸੀ ਵੀ ਇੱਥੋਂ ਜਾ ਕੇ ਉਹਨੂੰ ਫੇਰ ਸਟੇਸ਼ਨ ਦੇ ਆ ਫਟਿਆਂ ਤੇ ਰੁਲਣਾ ਪਏਗਾ ਜਿਨ੍ਹਾਂ ਦਾ ਖਿਆਲ ਆਉਂਦੇ ਹੀ ਉਹਨੂੰ ਕੰਬਣੀ ਛਿੜ ਜਾਂਦੀ ਤੇ ਇੱਕ ਸਵਾਲ ਜੇ ਨੂੰ ਪੁੱਛੇ ਤੋਂ ਬਿਨਾ ਉਹ ਸ਼ਾਇਦ ਹਾਂ ਕਰਨ ਤੋਂ ਰੁਕਿਆ ਸੀ ਉਹਨੇ ਪੁੱਛ ਹੀ ਲਿਆ ਭਾਜੀ ਗੱਲ ਪੁੱਛੋ ਬੁਰਾ ਤਾਂ ਨਹੀਂ ਮਨਾਓਗੇ ਤੂੰ ਕੋਈ ਵੀ ਗੱਲ ਪੁੱਛ ਸਕਦਾ ਹੈ ਮੈਂ ਕਦੇ ਬੁਰਾ ਨਹੀਂ ਮਨਾਵਾਂਗਾ ਤੁਸੀਂ ਇਹ ਹਵੇਲੀ ਨੂੰ ਭੂਤਾਂ ਦੀ ਹਵੇਲੀ ਕਿਉਂ ਕਹਿੰਦੇ ਹੋ ਮੈਂ ਇਸ ਹਵੇਲੀ ਨੂੰ ਭੂਤਾਂ ਦੀ ਹਵੇਲੀ ਨਹੀਂ ਕਹਿੰਦਾ ਸਗੋਂ ਇਹਨੂੰ ਭੂਤਾਂ ਦੀ ਹਵੇਲੀ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਜੇ ਮੈਂ ਇਹਨੂੰ ਭੂਤਾਂ ਦੀ ਹਵੇਲੀ ਸਮਝਦਾ ਹੁੰਦਾ ਤਾਂ ਕਦੇ ਇਸ 'ਚ ਰਹਿਣ ਦਾ ਹਿਆਰ ਨਾ ਕਰਦਾ ਇਹਨੂੰ ਲੋਕੀ ਭੂਤਾਂ ਦੀ ਹਵੇਲੀ ਕਿਉਂ ਕਹਿੰਦੇ ਇਹ ਵੀ ਇੱਕ ਲੰਬੀ ਕਹਾਣੀ ਹੈ ਇਹ ਕੋਈ 25 ਸਾਲ ਪਹਿਲਾਂ ਦੀ ਗੱਲ ਹੈ ਪਾਪਾ ਜੀ ਮੇਰੀ ਮਾਤਾ ਜੀ ਬਾਬਾ ਜੀ ਮਾਂ ਜੀ ਤੇ ਇੱਕ ਮੇਰਾ ਚਾਚਾ ਜੀ ਇਸ ਹਵੇਲੀ 'ਚ ਇਕੱਠੇ ਰਹਿੰਦੇ ਸੀ ਮੇਰੇ ਚਾਚਾ ਜੀ ਕੇਵਲ 2 ਦਿਨ ਬਿਮਾਰ ਹੋ ਕੇ ਇਸ ਦੁਨੀਆ ਤੋਂ ਚਲੇ ਗਏ ਇਸ ਦਾ ਮੇਰੀ ਮਾਂ ਜੀ ਨੂੰ ਇੰਨਾ ਦੁੱਖ ਹੋਇਆ ਕਿ ਮੰਜੇ ਨੂੰ ਚੰਬੜ ਗਏ। ਬਾਬਾ ਜੀ ਦੇ ਲੱਕ ਸਮਝਾਉਣ ਤੇ ਵੀ ਮਾਂ ਜੀ ਆਪਣੇ ਪੁੱਤਰ ਦੀ ਮੌਤ ਨੂੰ ਭੁਲਾ ਨਾ ਸਕੇ। ਚਾਚਾ ਜੀ ਦੀ ਮੌਤ ਤੋਂ ਕੋਈ 2 ਮਹੀਨੇ ਪਿਛੋਂ ਬਾਬਾਈ ਦਾ ਕਾਰ ਦਾ ਐਕਸੀਡੈਂਟ ਹੋ ਗਿਆ। ਉਹ ਥਾਂ ਤੇ ਦਮ ਤੋੜ ਗਏ। ਉਹਨਾਂ ਦੇ ਮ੍ਰਿਤਕ ਸਰੀਰ ਨੂੰ ਜਦੋਂ ਘਰ ਲਿਆਂਦਾ। ਮਾਂ ਜੀ ਇਹ ਦ੍ਰਿਸ਼ਨਾ ਦੇਖ ਸਕੇ ਭਾਵੇਂ ਪਾਪਾ ਜੀ ਨੂੰ ਮਾਂ ਜੀ ਦੀ ਹਾਲਤ ਦਾ ਪਤਾ ਸੀ ਪਰ ਉਹ ਕੀ ਕਰਦੇ ਕਿੱਥੇ ਤੇ ਕਿਵੇਂ ਲੁਕੋ ਸਕਦੇ ਸੀ ਘਰ ਦੇ ਮੁਖੀ ਦੀ ਮੌਤ ਨੂੰ। ਤੇ ਜਦੋਂ ਅਚਾਨਕ ਮਾਂਜੀ ਦੇ ਸਾਹਮਣੇ ਇਹ ਸਭ ਕੁਝ ਆਇਆ ਉਹ ਗੱਸ਼ ਖਾ ਕੇ ਬਾਬਾ ਜੀ ਦੀ ਲਾਸ਼ ਤੇ ਡਿੱਗ ਪਏ ਤੇ ਮੁੜ ਕੇ ਉੱਠ ਨਾ ਸਕੇ ਉਸ ਦਿਨ ਤੋਂ ਹੀ ਪਪਾ ਜੀ ਨੂੰ ਇਸ ਹਵੇਲੀ ਨਾਲ ਨਫ਼ਰਤ ਹੋ ਗਈ ਸਾਗਰ ਨੇ ਦੇਖਿਆ ਪ੍ਰੇਮ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਸੀ ਭਾਵੇਂ ਪਪਾ ਜੀ ਉਸੇ ਦਿਨ ਤੋਂ ਇਸ ਹਵੇਲੀ ਨੂੰ ਛੱਡਣ ਨੂੰ ਤਿਆਰ ਸੀ ਪਰ ਬੀਬੀ ਜੀ ਨੇ ਉਹਨਾਂ ਨੂੰ ਹਵੇਲੀ ਛੱਡਣ ਨਾ ਦਿੱਤੀ ਕਹਿੰਦੇ ਸੀ ਕਿ ਵੀ ਇਹ ਮਕਾਨ ਸਾਡੇ ਬਜ਼ੁਰਗਾਂ ਨੇ ਬੜੀ ਰੀਜ ਨਾਲ ਬਣਾਇਆ ਹੋਇਆ ਇਹਨੂੰ ਕਿਵੇਂ ਛੱਡ ਜਾਈਏ ਬੱਬੇ ਤੇ ਮਾਂ ਜੀ ਦੀ ਮੌਤ ਤੋਂ ਪਿੱਛੋਂ 6 ਮਹੀਨੇ ਬਾਅਦ ਮੇਰਾ ਜਨਮ ਹੋਇਆ ਜਿਸ ਨਾਲ ਇਹ ਨਾ ਬੇਜਾਨ ਕੰਧਾਂ ਤੋਂ ਮਨਹੂਸ ਹੋਣ ਦਾ ਇਲਜ਼ਾਮ ਕੁਚੇ ਲਈ ਧੋਤਾ ਗਿਆ ਪਰ ਇਹ ਖੁਸ਼ੀ ਵੀ ਬਹੁਤੀ ਬਹੁਤਾ ਚਿਰ ਨਾ ਰਹਿ ਸਕੀ ਸ਼ਹਿਰ ਦੇ ਚੰਗੇ ਤੋਂ ਚੰਗੇ ਡਾਕਟਰ ਦੇ ਹੋਣ ਦੇ ਬਾਵਜੂਦ ਵੀ ਬੀਬੀ ਜੀ ਮੈਨੂੰ ਜਨਮ ਦੇਣ ਤੋਂ ਪਿੱਛੋਂ 12 ਘੰਟਿਆਂ ਦੇ ਅੰਦਰ ਹੀ ਮੈਨੂੰ ਤੇ ਪਾਪਾ ਜੀ ਨੂੰ ਕੱਲਿਆਂ ਛੱਡ ਕੇ ਟੁਰ ਗਏ ਤੇ ਪਾਪਾ ਜੀ ਨੇ ਉਸ ਦਿਨ ਤੋਂ ਇਹ ਸਭ ਇਹਨੂੰ ਛੱਡ ਦਿੱਤਾ ਇਸ ਹਵੇਲੀ ਉਤੇ ਭੈੜੀਆਂ ਰੂਹਾਂ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਸ ਹਵੇਲੀ ਵਾਲ ਤੇ ਮੈਨੂੰ ਘਰ ਆਉਂਦੇ ਨੂੰ ਹੀ ਬੁਖਾਰ ਚੜ ਜਾਂਦਾ ਸੀ ਤੇ ਕਈ ਕਈ ਦਿਨ ਉਤਰਨ ਦਾ ਨਾਂ ਨਹੀਂ ਸੀ ਲੈਂਦਾ। ਪਾਪਾ ਜੀ ਮੈਨੂੰ ਬਹੁਤ ਗੁੱਸੇ ਹੋਇਆ ਕਰਦੇ ਕਿ ਮੈਂ ਹਵੇਲੀ ਵੱਲ ਕਿਉਂ ਆਉਂਦਾ ਸੀ। ਫਿਰ ਮੇਰੇ ਜੀਵਨ 'ਚ ਇਹੋ ਜੀ ਘਟਨਾ ਵਾਪਰੀ ਕਿ ਮੇਰਾ ਡਰ ਕਾਫੀ ਹੱਦ ਤੱਕ ਭੂਤਾਂ ਤੋਂ ਜਾਂਦਾ ਰਿਹਾ। ਸਾਗਰ ਅਹਲ ਬੁੱਤ ਬਣਿਆ, ਪ੍ਰੇਮ ਦੀਆਂ ਗੱਲਾਂ ਸੁਣ ਰਿਹਾ ਸੀ ਉਹਨੂੰ ਪ੍ਰੇਮ ਦੀ ਇੱਕ ਇੱਕ ਗੱਲ ਸੱਚੀ ਜਾਪਦੀ ਸੀ। ਮੇਰੇ ਨਾਨਕਿਆਂ ਦਾ ਪਿੰਡ ਬੱਦੋਵਾਲ ਐ। ਛੋਟਾ ਹੁੰਦਾ ਮੈਂ ਕਈ ਕਈ ਮਹੀਨੇ ਉੱਥੇ ਰਹਿ ਹੁੰਦਾ ਹੁੰਦਾ ਸੀ। ਇੱਕ ਵਾਰੀ ਬੱਸ 'ਚ ਮੈਂ ਆਪਣੇ ਨਾਨਕੇ ਜਾ ਰਿਹਾ ਸੀ ਰਾਤ 'ਚ ਬੱਸ ਖਰਾਬ ਹੋ ਗਈ 2 ਘੰਟੇ ਤੱਕ ਪਿੱਛੋਂ ਕੋਈ ਬੱਸ ਨਹੀਂ ਆਈ ਜਦੋਂ ਦੂਜੀ ਬੱਸ ਤੇ ਮੈਂ ਪਿੰਡ ਦੇ ਰਾਹ ਤੇ ਜਾ ਕੇ ਉਤਰਿਆ ਤਾਂ ਕਾਫੀ ਹਨੇਰਾ ਹੋ ਚੁੱਕਿਆ ਸੀ ਮੈਂ ਬਿਲਕੁਲ ਕੱਲਾਈ ਸੀ ਨੇਰੀ ਸਾਹਾਂ ਸਾਹ ਕਰਦੀ ਤੇ ਸੜਕ ਤੇ ਪਿੰਡ ਦੇ ਵਿਚਾਲੇ ਇੱਕ ਢਿੱਬਾ ਹੁੰਦਾ ਜਿਸ ਉੱਤੇ ਇੱਕ ਬੜੀ ਪੁਰਾਣੀ ਮੱਟੀ ਬਣੀ ਹੋਈ ਹੈ ਬੱਦੋਵਾਲ ਦੇ ਆ ਲੋਕਾਂ ਨੇ ਉਸ ਮੱਟੀ ਦੇ ਲਾਗੇ ਮੱਸੀਆ ਦੀ ਰਾਤ ਨੂੰ ਬਹੁਤ ਵਾਰੀ ਲੋ ਨਾਚ ਕਰਦੇ ਦੇਖੀ ਤੇ ਕਹਿੰਦੇ ਸੀ ਮੱਸੀਆ ਦੀ ਰਾਤ ਹੀ ਉੱਥੇ ਚੜੇਲਾ ਤੇ ਪੋਤ ਤੰ ਆ ਕੇ ਬੋਰਡ ਦੀ ਛਾਵੇਂ ਨਾਚ ਕਰਿਆ ਕਰਦੇ ਉਸ ਟਿੱਬੇ ਦੇ ਲਾਗੇ ਹੁੰਦੀ ਭੂਤਾਂ ਦੇ ਨਾਚ ਕਰਨ ਵਾਲੀ ਥਾਂ ਦੇ ਕੋਲ ਦੀ ਲੰਘ ਕੇ ਮੈਨੂੰ ਜਾਣਾ ਪੈਣਾ ਸੀ ਜਦੋਂ ਬਸ ਤੋਂ ਉਤਰ ਕੇ ਤੁਰਨ ਲੱਗਾ ਤਾਂ ਮੈਨੂੰ ਜਾਪਣ ਲੱਗਾ ਕਿ ਮੇਰੇ ਦੁਆਲੇ ਭੂਤ ਹੀ ਭੂਤ ਹਨ ਤੇ ਮੈਨੂੰ ਦੇਖ ਕੇ ਹੱਸ ਰਹੇ ਹਨ ਹੌਲੀ-ਹੌਲੀ ਦਿਲ ਕਰੜਾ ਕਰਕੇ ਪੋਲੇ-ਪੋਲੇ ਪੈਰੀਂ ਅੱਗੇ ਵਧਣ ਲੱਗਾ ਕਿਉਂਕਿ ਹੋਰ ਮੇਰੇ ਕੋਲ ਚਾਰਾ ਵੀ ਕੋਈ ਨਹੀਂ ਸੀ ਜ਼ਰਾ ਵੀ ਹਵਾ ਦਾ ਖੜਾਕਾ ਹੁੰਦਾ ਮੇਰੀਆਂ ਲੱਤਾਂ ਕੰਬਣ ਲੱਗਦੀਆਂ ਘੜੀ-ਮੁੜੀ ਖੜ ਕੇ ਮੈਂ ਆਪਣਾ ਵਾਲਾ ਦਵਾਲਾ ਦੇਖਦਾ ਤੇ ਜਦੋਂ ਕੁਝ ਨਾ ਦਿਖਦਾ ਤੇ ਫਿਰ ਅੱਗੇ ਨੂੰ ਤੁਰ ਪੈਂਦਾ ਰਾਤ ਭਾਵੇਂ ਉਸ ਸਿਆਲ ਦੀ ਸੀ ਪਰ ਮੈਨੂੰ ਪਸੀਨਾ ਝੋਰਿਆ ਸੀ ਤੇ ਜਦੋਂ ਮੈਂ ਮੱਟੀ ਦੇ ਲਾਗੇ ਗਿਆ ਤੇ ਮੇਰੀ ਨਿਗਾਹ ਇੱਕ ਪਰਛਾਵੇਂ ਤੇ ਪਈ ਮੈਨੂੰ ਜਾਪਿਆ ਜਿਵੇਂ ਕੋਈ ਆਦਮੀ ਹੁੰਦਾ ਮੈਂ ਉਹਨੂੰ ਹੋਰ ਧਿਆਨ ਨਾਲ ਦੇਖਣ ਲੱਗਾ ਤੇ ਮਨ ਹੀ ਮਨ ਚ ਕਲਪਨਾ ਕਰਨ ਲੱਗਾ ਵੀ ਸੱਚਮੁੱਚ ਇਹ ਇੱਕ ਆਦਮੀ ਹੈ ਜਾਂ ਕੋਈ ਨਹੀਂ ਆਦਮੀ ਹੈ ਉਹਨੇ ਤਾਂ ਦੋਵੇਂ ਬਾਹਾਂ ਪਸਾਰੀਆਂ ਹੋਈਆਂ ਸੀ ਮੋਢੇ ਤੇ ਕਿਰਪਾਨ ਵੀ ਸੀ ਨਹੀਂ ਕਰਪਾ ਨਹੀਂ ਇਹ ਤਾਂ ਆਦਮੀ ਨਾਲੋਂ ਕੋਈ ਵੱਡੀ ਚੀਜ਼ ਹੈ ਹੋ ਸਕਦਾ ਹੈ ਇਹ ਹੀ ਭੂਤ ਭੂਤ ਦਾ ਖਿਆਲ ਆਉਂਦਾ ਹੀ ਮੈਨੂੰ ਇੰਜ ਜਾਪਿਆ ਜਿਵੇਂ ਮੇਰਾ ਕਚਹਿਰਾ ਗਿੱਲਾ ਹੋ ਗਿਆ ਹੁੰਦਾ ਹੈ ਮੈਂ ਹੱਥ ਲਾ ਕੇ ਦੇਖਿਆ ਪਰ ਕਚਹਿਰਾ ਤਾਂ ਸੁੱਕਾ ਸੀ ਫਿਰ ਮੈਂ ਇਹ ਧਾਰ ਲਈ ਵੀ ਦੇਖੀ ਜਾਵੂ ਜੋ ਹੋ ਇਹ ਜੋ ਵੀ ਹੈ ਇਹਨੇ ਹੁਣ ਮੈਨੂੰ ਛੱਡਣਾ ਤਾਂ ਹੈ ਨਹੀਂ ਮੈਂ ਹੋਰ ਅੱਗੇ ਤੁਰ ਗਿਆ ਉਹਦਾ ਆਕਾਰ ਹਨੇਰੇ 'ਚ ਵੱਡਾ ਹੁੰਦਾ ਗਿਆ ਪਰ ਉਹ ਆਪਣੀ ਥਾਂ ਤੋਂ ਹਿੱਲਿਆ ਨਾ ਸਗੋਂ ਮੇਰੇ ਕੋਲ ਆਉਣ ਦੀ ਉਡੀਕ ਕਰਨ ਲੱਗਾ ਮੈਂ ਰੰਦੀ ਖੁੰਦੀ ਹਿੰਮਤ ਕਰਕੇ ਹੋਰ ਅੱਗੇ ਹੋ ਗਿਆ ਫਿਰ ਜਦੋਂ ਮੈਂ ਬਿਲਕੁਲ ਉਹਦੇ ਲਾਗੇ ਹੋ ਗਿਆ ਤਾਂ ਮੈਂ ਇੰਨਾ ਸ਼ਰਮਿੰਦਾ ਹੋਇਆ ਕਿ ਮੈਂ ਆਪਣੇ ਡਰਪੋਕ ਪੁਨੇ ਤੇ ਲਾਣਤ ਪਾਉਣੋਂ ਨਾ ਰਹਿ ਸਕਿਆ। ਇਹ ਆਦਮੀ ਕਰਪਾਨ ਵਾਲਾ ਜੋ ਪਿੱਛੋਂ ਭੂਤ ਬਣ ਗਿਆ ਜਾਪਦਾ ਸੀ ਤਾਂ ਨੇਰੀ ਮੇਰੇ ਅੰਦਰ ਦੇ ਡਰ ਦੀ ਕਲਪਨਾ ਹੀ ਨਿਕਲੀ। ਇਹ ਤਾਂ ਇੱਕ 베ਰੀ ਦਾ ਝਿੰਡਾ ਸੀ। ਯਾਦ ਆਇਆ ਕਿ ਇਹ ਤਾਂ ਅੱਗੇ 20 ਵਾਰ ਦੇਖਿਆ ਹੋਇਆ ਦਿਨ ਨੂੰ ਮੈਂ ਆਪਣੇ ਆਪ ਨੂੰ ਬੁਰਾ ਭਲਾ ਕਹਿੰਦਾ ਹੋਇਆ ਮਟੀ ਤੋਂ ਬੇਧਿਆਨ ਅੱਗੇ ਤੁਰ ਪਿਆ। ਹੁਣ ਮੈਨੂੰ ਪਹਿਲਾਂ ਜਿੰਨਾ ਡਰ ਨਹੀਂ ਸੀ ਲੱਗ ਰਿਹਾ। ਮੈਂ ਆਪਣੇ ਮਨ 'ਚ ਕਿਹਾ ਵੀ ਜਿਵੇਂ ਮੇਰੇ ਅੰਦਰ ਦਾ ਡਰ ਇਸ ਝਿੰਡੇ ਨੂੰ ਕੁਛ ਨਾ ਕੁਛ ਕਲਪਦਾ ਰਿਹਾ ਸੀ ਇਵੇਂ ਖਬਰੇ ਕਿੰਨਿਆਂ ਲੋਕਾਂ ਦੀਆਂ ਪੈਂਟਾਂ ਦੇ ਪਜਾਮੇ ਗਿੱਲੇ ਹੋਏ ਕਿੱਥੇ ਹੋਣੇ ਇਸ ਝਿੰਡੇ ਨੇ ਹਾਲੇ ਮੈਂ ਸੌਗਾ ਜੀ ਤੁਰਿਆ ਹੂੰਗਾ ਵੀ ਮੈਨੂੰ ਇੰਜ ਜਾਪਿਆ ਜਿਵੇਂ ਕੋਈ ਮੇਰੇ ਪਿੱਛੇ ਤੁਰਿਆ ਆ ਰਿਹਾ ਮੈਂ ਰੁਕ ਗਿਆ ਪੈਛੜ ਵੀ ਰੁਕ ਗਿਆ ਮੈਂ ਫੇਰ ਤੁਰ ਪਿਆ ਫੇਰ ਆਵਾਜ਼ ਆਉਣ ਲੱਗੀ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਲੋਕਾਂ ਦੀ ਗੱਲ ਬਿਲਕੁਲ ਸੱਚ ਨਿਕਲੀ ਇੱਕ ਲੋ ਸੀ ਜੋ ਮੇਰੇ ਪਿੱਛੇ ਤੁਰਿਆ ਆਉਂਦੀ ਸੀ ਲੋ ਵੀ ਧਰਤੀ ਤੋਂ 8 ਫੁੱਟ ਉੱਚੀ ਮਰੀਆ ਵਾਸਤਾ ਫੇਰ ਵਿਗੜਨ ਲੱਗੀ ਮੇਰੇ ਸਰੀਰ ਦੀ ਕੰਪਨੀ ਜਿਹੜੀ ਥੋੜੀ ਦੇਰ ਲਈ ਬੰਦ ਹੋਈ ਸੀ ਫੇਰ ਸ਼ੁਰੂ ਹੋ ਗਈ ਮੈਂ ਆਪਣੀ ਅੱਖਾਂ ਮਲੀਆਂ ਮਤੇ ਫੇਰ ਇਹ ਮੇਰੀ ਕਲਪਨਾ ਹੀ ਨਾ ਹੋਵੇ ਪਰ ਨਹੀਂ ਇਹ ਤਾਂ ਸੱਚਮੁੱਚ ਲੋ ਸੀ ਤੇ ਮੈਂ ਵੀ ਸੁਣਿਆ ਹੋਇਆ ਸੀ ਵੀ ਲੋ ਜਿਹਦੇ ਪਿੱਛੇ ਟੁਰ ਪਏ ਉਹ ਬਚਦਾ ਨਹੀਂ ਮੈਨੂੰ ਮੌਤ ਸਾਹਮਣੇ ਦਿਸਣ ਲੱਗੀ ਜਦੋਂ ਮੈਨੂੰ ਯਕੀਨ ਹੋ ਗਿਆ ਵੀ ਅੱਜ ਇਸ ਨੇ ਮੈਨੂੰ ਛੱਡਣਾ ਨਹੀਂ ਤੇ ਪਤਾ ਨਹੀਂ ਕਿੱਥੋਂ ਮੇਰੇ ਅੰਦਰ ਸ਼ਕਤੀ ਆ ਗਈ ਮੇਰੀਆਂ ਮੁੱਕੀਆਂ ਵੱਟੀਆਂ ਗਈਆਂ ਤੇ ਮੇਰੀ ਕੰਬਣੀ ਇੱਕਦਮ ਬੰਦ ਹੋ ਗਈ ਮੈਂ ਬਜਾਏ ਲੋ ਦੀ ਉਡੀਕ ਕਰਨ ਦੇ ਅੱਗੇ ਨੂੰ ਉਸ ਵੱਲ ਵਧਿਆ ਜਿੰਨੇ ਕਦਮ ਮੈਂ ਅੱਗੇ ਵਧਦਾ ਗਿਆ ਪਿੱਛੇ ਹਟਦੀ ਗਈ ਮੈਨੂੰ ਹੋਰ ਹੌਸਲਾ ਹੋ ਗਿਆ ਮੈਨੂੰ ਇਹ ਪੱਕਾ ਯਕੀਨ ਹੋ ਗਿਆ ਵੀ ਇਹ ਚੀਜ਼ਾਂ ਤਾਂ ਡਰਦਿਆਂ ਨੂੰ ਵੀ ਡਰਾਉਂਦੀਆਂ ਅਸਲ 'ਚ ਤਾਂ ਬਹੁਤ ਡਰਪੋਕ ਹੁੰਦੀਆਂ ਹੋਣਗੀਆਂ ਤਾਂ ਹੀ ਤਾਂ ਨੇਰੇ ਦਾ ਆਸਰਾ ਲੈ ਕੇ ਨੇਰੇ ਨੂੰ ਹੀ ਆਉਂਦੀਆਂ ਮੈਂ ਹੋਰ ਤੇਜ਼ੀ ਨਾਲ ਅੱਗੇ ਵਧਿਆ ਉਹ ਵੀ ਤੇਜ਼ੀ ਨਾਲ ਪਿੱਛੇ ਹਟੀ ਪਤਾ ਨਹੀਂ ਮੇਰੇ ਅੰਦਰ ਜੋਸ਼ ਕਿੱਥੋਂ ਆ ਗਿਆ ਮੈਂ ਦੰਦੀਆਂ ਕਚੀਚਦਾ ਇਹ ਕਹਿੰਦਾ ਹੋਇਆ ਉਹਦੇ ਪਿੱਛੇ ਦੌੜ ਪਿਆ ਵੀ ਅੱਜ ਜਾਂ ਤੂੰ ਹੈ ਨਹੀਂ ਜਾਂ ਮੈਂ ਹੈ ਨਹੀਂ ਲੋ ਵੀ ਦੌੜ ਪਈ ਧਰਤੀ ਵੱਲ ਨੀਵੀਂ ਹੋਣ ਲੱਗੀ ਮੈਂ ਹੋਰ ਤੇਜ਼ ਹੋ ਗਿਆ ਲੋ ਜ਼ਮੀਨ ਤੇ ਡਿੱਗ ਪਈ ਪਰ ਦੌੜੇ ਜਾਂਦੇ ਆਦਮੀ ਦਾ ਖੜਾਕ ਮੈਨੂੰ ਦੂਰ ਤੱਕ ਸੁਣਦਾ ਰਿਹਾ ਲੋ ਜ਼ਮੀਨ ਤੇ ਪਈ ਸੀ ਮੈਂ ਕੋਲ ਗਿਆ ਤਾਂ ਦੇਖਿਆ ਪੂਰਾ ਯਕੀਨ ਹੋ ਗਿਆ ਇਹ ਲਾਲਟਨ ਤੇ ਖੁੰਡਾ ਹੱਥ 'ਚ ਫੜ ਕੇ ਲੋ ਉੱਪਰ ਉੱਚੀ ਚੁੱਕ ਕੇ ਪਿੰਡ ਵੱਲ ਤੁਰ ਪਿਆ ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਸੀ ਵੀ ਇਹ ਕੋਈ ਭੂਤ ਭਾਤ ਨਹੀਂ ਸੀ ਸਗੋਂ ਕੋਈ ਆਦਮੀ ਸੀ ਜੋ ਰਾਤ ਦੇ ਨੇਰੇ ਦਾ ਫਾਇਦਾ ਉਠਾ ਕੇ ਲੋਕਾਂ ਦੇ ਅੰਦਰ ਦੇ ਵਿਆਹ ਨੂੰ ਵਧਾ ਕੇ ਦਿਨੇ ਆਪਣਾ ਉੱਲੂ ਸਿੱਧਾ ਕਰਦਾ ਹੈ ਮੈਂ ਉਸੇ ਤਰ੍ਹਾਂ ਲੋ ਲੈ ਕੇ ਮਟੀਵਲ ਵੀ ਗਿਆ ਫਿਰ ਬੋੜ ਬੋੜ ਥੱਲੇ ਵੀ ਜਿੱਥੇ ਲੋਕੀ ਕਹਿੰਦੇ ਸੀ ਨਾਚ ਹੁੰਦਾ ਮੱਸੀਆ ਵਾਲੀ ਰਾਤ ਲਾਲਟੇ ਨੂੰ ਬੁਝਾ ਕੇ ਪਿੰਡ ਚਲਾ ਗਿਆ ਤੇ ਮੇਰੇ ਮਾਮਾ ਮਾਮੀ ਪਹਿਲਾਂ ਤਾਂ ਮੈਨੂੰ ਬਹੁਤ ਗੁੱਸੇ ਹੋਏ ਤੇ ਪਾਪਾ ਜੀ ਨੂੰ ਵੀ ਬੁਰਾ ਭਲਾ ਕਿਹਾ ਜਿਨ੍ਹਾਂ ਨੇ ਮੈਨੂੰ ਕੁਵੇਲੇ ਭੇਜਿਆ ਸੀ ਪਰ ਜਦੋਂ ਮੈਂ ਬਸਾ ਦੱਸਿਆ ਤਾਂ ਸੁੱਖਾ ਮਨਾਉਣ ਲੱਗ ਪਏ ਤੇ ਜਦੋਂ ਮੈਂ ਸਵੇਰੇ ਉੱਠਿਆ ਤਾਂ ਮਾਮਾ ਜੀ ਮੈਨੂੰ ਨੇ ਖੁੰਡਾ ਦੇਖ ਕੇ ਕਿਹਾ ਪ੍ਰੇਮੀ ਖੁੰਡਾ ਤਾਂ ਕਰਮੇ ਦਾ ਹੈ ਤੂੰ ਕਿੱਥੋਂ ਲਿਆ ਮੈਂ ਮਾਮਾ ਜੀ ਨੂੰ ਰਾਤ ਦੀ ਘਟਨਾ ਬਾਰੇ ਬਿਲਕੁਲ ਨਾ ਦੱਸਿਆ ਤੇ ਸਿੱਧਾ ਸਵੇਰ ਨੂੰ ਕਰਮੇ ਕੋਲ ਚਲਾ ਗਿਆ ਖੁੰਡਾ ਘਰ ਛੱਡ ਗਿਆ ਪਿੰਡ 'ਚ ਕਈ ਬੁੜੀਆਂ ਗੱਲਾਂ ਕਰ ਰਹੀਆਂ ਸੀ ਰਾਤ ਦੀ ਲੋ ਬਾਰੇ ਇਖ ਨੇ ਕਿ ਐਨੀ ਪਤਾ ਨਹੀਂ ਪਿੰਡ ਤੋਂ ਕੀ ਪਾਂਵੀ ਵਰਤਣੀ ਵਾਲੀ ਐ ਰਾਤੀ ਤਾਂ ਲੋ ਐਂ ਪਿੰਡ ਦੀ ਜੂ ਤੱਕ ਆ ਗਈ ਪਤਾ ਨਹੀਂ ਕਿਹਦੇ ਘਰ ਤੇ ਪਈਗੀ ਮੈਂ ਦਿਲੀ ਦਿਲ 'ਚ ਹੱਸਿਆ ਤੇ ਮਨ 'ਚ ਕਿਹਾ ਵੀ ਵਾਪਰ ਗਈ ਮਾਰੀ ਜੀਤੇ ਵਾਪਰ ਨਹੀਂ ਸੀ ਤੇ ਜਦੋਂ ਮੈਂ ਕਰਮੇ ਕੋਲ ਗਿਆ ਤਾਂ ਕਰਮਾ ਹੁੱਕਾ ਪੀ ਰਿਆ ਸੀ ਤੇ ਮੈਨੂੰ ਪਤਾ ਸੀ ਕਰਮਾ ਟੂਣਾ ਟਾਮਣਾ ਕਰਦਾ ਹੈ ਜਿਨ੍ਹਾਂ ਨੂੰ ਕੋਈ ਭੂਤ ਚੰਬੜ ਜਾਏ ਤੇ ਉਹਨਾਂ ਦਾ ਹੌਲਾ ਵੀ ਹੋ ਜਾਂਦਾ ਹੈ ਤੇ ਭੂਤ ਵੀ ਹਟਾ ਦਿੰਦਾ ਹੈ ਕਰਮੇ ਨੇ ਮੇਰੇ ਵੱਲ ਦੇਖ ਕੇ ਹੁੱਕਾ ਛੱਡ ਦਿੱਤਾ ਕਾਕਾ ਕੀ ਹਾਲ ਹੈ ਤੇਰੇ ਮਾਮੇ ਦਾ ਉਹਦਾ ਹਾਲ ਤਾਂ ਠੀਕ ਹੈ ਤੇਰਾ ਹਾਲ ਕੀ ਹੈ ਮੇਰਾ ਹਾਲ ਕਰਮਾ ਟੇਢੀ ਅੱਖ ਨਾਲ ਮੇਰੇ ਵੱਲ ਦੇਖਣ ਲੱਗਾ ਹਾਂ ਤੇਰਾ ਹਾਲ ਰਾਤ ਮਠੀ ਕੋਲ ਕੀ ਕਰਦਾ ਸੀ ਰਾਂਡਾਮ ਕਰੋ ਸਰਦਾਰ ਜੀ ਮੈਨੂੰ ਕਿਤੇ ਰਾਹ ਨੂੰ ਦਿਸਦਾ ਚੰਗੀ ਤਰ੍ਹਾਂ ਨਾਲ ਮਟੀ ਕੋਲ ਤਾਂ ਮੈਂ ਦਿਨ ਨੂੰ ਵੀ ਨਹੀਂ ਜਾਂਦਾ ਰਾਤ ਨੂੰ ਕੀ ਜਾਣਾ ਮੈਂ ਕਰਮੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਹਦੇ ਲਾਗੇ ਹੋ ਕੇ ਕਿਹਾ ਸੁਣ ਕਰਮੇ ਮੈਂ ਤੈਨੂੰ ਆਪ ਦੇਖਿਆ ਰਾਤੀ ਉੱਥੇ ਤੇਰੀ ਨਿਸ਼ਾਨੀ ਮੇਰੇ ਕੋਲ ਪਈ ਹੈ ਕਹੇ ਤਾਂ ਸਾਰੇ ਪਿੰਡ ਨੂੰ ਸੱਦ ਕੇ ਦੇ ਆ ਤੇਰੀ ਨਿਸ਼ਾਨੀ ਤੇ ਦੱਸਾਂ ਕਿ ਤੂੰ ਕਿਵੇਂ ਰਾਤ ਨੂੰ ਭੂਤ ਨਚਾਉਂਦਾ ਹੈ ਤੇ ਕਿਵੇਂ ਦਿਨ ਨੂੰ ਲੋਕਾਂ ਨੂੰ ਬੁੱਧੂ ਬਣਾਉਂਦਾ ਹੈ ਰਾਤੀ ਤੂੰ ਮੇਰੇ ਪਿੱਛੇ ਤੁਰਿਆ ਸੀ ਜਿਵੇਂ ਹੌਸਲਾ ਨਾ ਕਰਦਾ ਤੇਰੇ ਪਿੱਛੇ ਨਾ ਦੌੜਦਾ ਤਾਂ ਹੁਣ ਮੇਰੀ ਤਾਂ ਮਾਮੇ ਮਾਮੇ ਨੇ ਤੇਰੇ ਕੋਲ ਲਾਉਣਾ ਸੀ ਤੇ ਕਹਿਣਾ ਸੀ ਕਰਮਿਆ ਮੇਰੇ ਭਾਂਜੇ ਨੂੰ ਰਾਤੀ ਭੂਤ ਚ ਮੜ ਗਿਆ ਤੂੰ ਕੱਢ ਆਵੀ ਸੁਣਿਆ ਕਰਮਾ ਮੇਰੀਆਂ ਲਾਲ ਅੱਖਾਂ ਵੇਖ ਕੇ ਪਿੰਡ ਦੇਆਂ ਲੋਕਾਂ ਨੂੰ ਇਕੱਠੇ ਕਰਨ ਦਾ ਨਾਂ ਸੁਣ ਕੇ ਮੇਰੇ ਪੈਰਾਂ ਤੇ ਡਿੱਗ ਪਿਆ ਗਿੜਗੜਾ ਕੇ ਕਹਿਣ ਲੱਗਾ ਕਾਕਾ ਇਸ ਬੁੱਢੇ ਤੇ ਤਰਸ ਕਰ ਮੈਂ ਕੰਨਾਂ ਨੂੰ ਹੱਥ ਲਾਉਣਾ ਮੈਂ ਮੁਰ ਕਦੀ ਨਹੀਂ ਇਹੋ ਜੀ ਹਰਕਤ ਕਰਦਾ ਹੁਣ ਮੈਨੂੰ ਮਾਫ ਕਰ ਦੇ ਜੇ ਮੈਂ ਫੇਰ ਕਦੇ ਬਾਹਰ ਜਾਵਾਂ ਤਾਂ ਤਾਂ ਜੋ ਜੀ ਆਇਆ ਕਰੀ ਹੁਣ ਇੱਕ ਵਾਰ ਜਾਣ ਦੇ ਠੀਕ ਹੈ ਖੁੰਡਾਂ ਤੇ ਲਾਲਟਨ ਤੇਰੇ ਮੇਰੀ ਤੇਰੀ ਮੇਰੇ ਕੋਲ ਨਿਸ਼ਾਨੀ ਰਹੇਗੀ ਤੇ ਮੁੜ ਕੇ ਤੈ ਰਾਤ ਨੂੰ ਭੂਤ ਨਚਾਏ ਤੇ ਯਾਦ ਰੱਖੀ ਐ ਸਭ ਭੂਤ ਮੈਂ ਤੇਰੇ ਨਚਾਵਾਂਗਾ ਕਿ ਪੀੜੀਆਂ ਵੀ ਤੇਰੀਆਂ ਯਾਦ ਕਰਨਗੀਆਂ ਦੂਜੇ ਦਿਨ ਮੈਂ ਬਦਵਾਲ ਤੋਂ ਵਾਪਸ ਆ ਗਿਆ ਉਸ ਘਟਨਾ ਨੇ ਤਾਂ ਮੇਰੇ ਜੀਵਨ ਹੀ ਬਦਲ ਦਿੱਤਾ ਇਹ ਕੰਮ ਕਰਕੇ ਮੈਨੂੰ ਜਾਪਣ ਲੱਗਾ ਕਿ ਮੈਂ ਸਾਰੇ ਬੱਦੇਵਾਲ ਨੂੰ ਪੂਤਾਂ ਦੀ ਜਕੜ ਤੋਂ ਬਚਾ ਲਿਆ ਮੇਰੇ ਅੰਦਰ ਇੱਕ ਪਲਟਾ ਆ ਗਿਆ ਬਿਲਕੁਲ ਨਵੇਂ ਢੰਗ ਨਾਲ ਸੋਚਣ ਲੱਗ ਪਿਆ ਕੁਝ ਗੱਲਾਂ ਕਰਕੇ ਮੇਰੇ ਪਾਪਾ ਜੀ ਨਾਲ ਬਣਨੋਂ ਹਟ ਗਈ ਜਿੱਥੇ ਪਾਪਾ ਜੀ ਵੱਤਵਤ ਪੈਸਾ ਇਕੱਠਾ ਕਰਨ 'ਚ ਰੁੱਝੇ ਰਹਿੰਦੇ ਸੀ ਉੱਥੇ ਮੈਂ ਰਾਤ ਦਿਨ ਦੂਜਿਆਂ ਦੇ ਕੰਮ ਆਉਣ ਕੰਮ ਆਉਣ ਲਈ ਸੋਚਦਾ ਰਹਿੰਦਾ ਸਾਡੇ ਖਿਆਲ 'ਚ ਫਰਕ ਵੱਧਦਾ ਵੱਧਾ ਇੱਥੋਂ ਤੱਕ ਪੁੱਜ ਗਿਆ ਕਿ ਮੈਂ ਆਪਣਾ ਘਰ ਛੱਡ ਕੇ ਹਵੇਲੀ 'ਚ ਰਹਿਣ ਲੱਗ ਪਿਆ ਸੀ। ਸਾਗਰ ਨੇ ਜੋ ਹੁਣ ਤੱਕ ਇੱਕ ਪੱਥਰ ਬਣ ਕੇ ਸਭ ਕੁਝ ਸੁਣ ਰਿਆ ਸੀ, ਇੱਕ ਟੱਕ ਪ੍ਰੇਮਵਲ ਦੇਖਦਾ ਆ ਰਿਹਾ ਸੀ। ਪ੍ਰੇਮ ਨੂੰ ਚੁੱਪ ਹੋਇਆ। ਦੇਖ ਕੇ ਇਸ ਵੱਡਾ ਹੌਕਾ ਭਰਿਆ ਤੇ ਬੋਲੇ ਤੁਸੀਂ ਭਾਜੀ ਸੱਚਮੁੱਚ ਬਹੁਤ ਮਹਾਨ ਹੋ। ਮੈਂ ਆਪਣੇ ਧੰਨ ਭਾਗ ਸਮਝਾਂਗਾ ਜੀ। ਤੁਹਾਡਾ ਹੱਥ ਮੇਰੇ ਸਿਰ ਤੇ ਰਹੇ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਹੀ ਕਰਾਂਗਾ ਚੰਗਾ ਉੱਠ ਫਿਰ ਘੜੀ ਵੱਲ ਦੇਖ ਕੇ ਤੁਹਾਡਾ ਭਲਾ ਹੋ ਜਾਏ 11:00 ਵੱਜ ਗਏ ਅਜੇ ਤਾਂ ਸੌਣ ਦਾ ਵੀ ਚੇਤਾ ਨਹੀਂ ਰਿਹਾ ਉੱਠ ਕੇ ਦੋਵੇਂ ਸੌਣ ਦੀ ਤਿਆਰੀ ਕਰਨ ਲੱਗੇ ਧੰਨਵਾਦ ਚਲਦਾ